Hello, salam, namaste and satsri akal. This is your pehli gal te main jehde sade ajj naal sade na guest jude ne Topi Parker, Sadgi Gill in the house. Hello, satsri akal. Aur sara da welcome hai MYTV radio te. Jehde sade radio di audience hai just unna nu vi shamil kar leta jave. Hey girl, Sadgi, I'm turning on your microphone. Hello, salam namaste, satsri akal. Main haan tuhadi host te dost Moni Gill aur tusi sun rahe ho MYTV radio. ਸਾਡੇ ਫੇਸਬੁੱਕ ਜਿਹੜੇ ਫਰੈਂਡਸ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਅਸੀਂ ਰੇਡੀਓ 'ਤੇ ਲਾਈਵ ਹਾਂ ਸੋ ਦੋ ਦੋ ਤਿੰਨ ਤਿੰਨ ਥਾਵਾਂ 'ਤੇ ਲਾਈਵ ਹਾਂ ਤੁਹਾਡੇ ਮੈਸੇਜਸ ਪੜ੍ਹ ਰਹੇ ਹਾਂ ਔਰ ਸਾਦਗੀ ਗਿੱਲ ਕੋਲ ਅੱਜ ਬਹੁਤ ਖਾਸ ਇਨਫੋਰਮੇਸ਼ਨ ਹੈ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਸਾਦਗੀ ਜਦੋਂ ਮੇਰੇ ਨਾਲ ਹੁੰਦੀ ਹੈ ਤਾਂ ਸਮਝ ਲਓ ਕਿ ਤੁਹਾਨੂੰ ਫਰੀ ਐਜੂਕੇਸ਼ਨ ਦੇ ਰਹੀ ਹੈ ਰਾਈਟ ਸੋ ਜਿਹੜੀ ਰੇਡੀਓ ਆਡੀਅੰਸ ਹੈ ਪਹਿਲਾਂ ਉਹਨਾਂ ਨੂੰ ਇੱਕ ਗਾਣਾ ਸਾਂਝਾ ਕਰ ਦਿੱਤਾ ਜਾਵੇ ਬਿਕੋਜ਼ ਇਟਸ ਰੇਡੀਓ ਸ਼ੋ ਸੋ ਵੀ ਹੈਵ ਟੂ ਇੰਟਰਟੇਨ ਦੈਮ ਸੋ ਲਓ ਜੀ ਉਹਨਾਂ ਸੇ ਮੇਰਾ ਬੜਾ ਫੇਵਰੇਟ ਗਾਣਾ ਸੈਲਫਿਸ song from Salman Khan's movie. Of course, a gaana jehda hai ga pura ka pura enjoy kar sakdi hai ye radio audience. Lekin jehde sade Facebook user ne unna waste assi thode je pause laange. Lekin let me include the radio audience as well because I want them to have this information. Yes. Okay. So, lo ji, ਵੈਲਕਮ ਬੈਕ ਗਾਇਸ ਜਿਹੜੀ ਛੋਟੀ ਜਿਹੀ ਬ੍ਰੇਕ ਅਸੀਂ ਤੁਹਾਡੇ ਤੋਂ ਗਾਣਿਆਂ ਦੀ ਲਵਾਂਗੇ ਔਰ ਸਾਦਗੀ ਗਿੱਲ ਕੋਲ ਬਹੁਤ ਖਾਸ ਇਨਫੋਰਮੇਸ਼ਨ ਹੈ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ ਸਾਦਗੀ ਗਿੱਲ ਓਵਰ ਟੂ ਯੂ ਓਕੇ ਸੋ ਤੁਹਾਨੂੰ ਪਤਾ ਹੈ ਨਿਊਜ਼ ਤੇ ਆਲ ਓਵਰ ਕੋਰੋਨਾ ਵਾਇਰਸ ਦੀ ਨਿਊਜ਼ ਸਭ ਜਗ੍ਹਾ ਤੇ ਆ ਕਪਲ ਆਫ ਡੇਜ਼ ਅਗੋ ਇਹ ਵਾਇਰਸ ਪਹਿਲਾਂ ਇੱਕ ਐਪੀਡੈਮਿਕ ਸੀ ਮਤਲਬ ਇੱਕ ਰੀਜਨ ਨੂੰ ਇਨਫੈਕਟ ਕਰਦੇ ਸੀ ਫੋਰ ਐਗਜ਼ਾਮਪਲ ਰਿਮੈਂਬਰ ਇਨ 2014 ਦੇ ਵਿੱਚ Okay. Or 2016 Ebola virus near Haiti. Yeah. That was an epidemic because it only affected people in Africa. But jehdi coronavirus horn it got the name internationally of a pandemic, which is international now. Yeah. It's a big virus. Jehdi mere university Virginia Commonwealth University, the one that has one of the best medical schools, they are now closed. ਜਿੰਨੇ ਵੀ ਵਰਜੀਨੀਆ ਸਕੂਲਸ ਨੇ ਸਾਰਿਆਂ ਦੀ ਹੁਣੀ ਸਾਡੀ ਸਪਰਿੰਗ ਬ੍ਰੇਕ ਚੱਲ ਰਹੀ ਸੀ ਹਨਾ ਐਂਡ ਸਾਡੀ ਸਪਰਿੰਗ ਬ੍ਰੇਕ ਇਸ ਸੰਡੇ ਨੂੰ ਐਂਡ ਹੋਣਾ ਚਾਹੀਦਾ ਸੀ ਬਟ ਇਸ ਵਾਇਰਸ ਕਰਕੇ ਐਂਡ ਸਟੂਡੈਂਟਸ ਆਰ ਗੈਟਿੰਗ ਇਨਫੈਕਟਿਡ ਇਸ ਕਰਕੇ ਬ੍ਰੇਕ ਸਾਡੀ ਐਕਸਟੈਂਡ ਹੋ ਗਈ ਟਿਲ ਦ 20th and the rest of the classes are going to be online Wow. for the rest of the semester okay so ਜਿਹੜੀ ਸਾਡੀ ਇੱਕ ਮਿੰਟ ਵਿੱਚ ਮੈਂ ਨਾਲ ਨਾਲ ਮਲਟੀ ਟਾਸਕਿੰਗ ਕਰ ਰਹੀ ਹਾਂ ਯੂ ਆਰ ਗੁੱਡ ਲਿਸਨਿੰਗ ਐਵਰੀਬਾਡੀਜ਼ ਸਾਊਂਡ ਸੋ ਬੇਸਿਕਲੀ ਜਿਹੜੀ ਪ੍ਰਿੰਸ ਵਿਲੀਅਮ ਕਾਉਂਟੀ ਹੈ ਹਲੇ ਤੱਕ ਉਹਨਾਂ ਨੇ ਤੇ ਹਲੇ ਨਹੀਂ ਡਿਕਲੇਅਰ ਕੀਤਾ ਕਿ ਵਸ ਕੋਈ ਫॉर ਪਬਲਿਕ ਸਕੂਲਸ 100% ਸੋ ਦ ਥਿੰਗ ਇਜ਼ ਗਵਰਨਮੈਂਟ ਜਿਹੜੀ ਸਾਡੀ ਸੀਡੀਸੀ ਹੈ ਡਿਜ਼ੀਜ਼ ਐਂਡ ਕੰਟਰੋਲ ਸੈਂਟਰ ਉਹ ਬਹੁਤ ਬੇਸਿਕ ਚੀਜ਼ਾਂ ਸਾਨੂੰ ਦੱਸ ਰਹੇ ਨੇ ਵੀ ਪਬਲਿਕ ਪੈਨਿਕ ਨਾ ਹੋਵੇ ਪਰ ਆਲਸੋ ਜੇ ਤੁਸੀਂ ਥਿੰਕ ਕਰੋਗੇ ਇੰਨੇ ਸਾਰੇ ਵਾਇਰਸਿਸ ਹੋ ਚੁੱਕੇ ਨੇ ਪਾਸਟ ਦੇ ਵਿੱਚ ਵੀਵ ਹੈਡ ਦ ਸਾਰਸ ਵੀਵ ਹੈਡ ਜ਼ੀਕਾ ਵੀਵ ਹੈਡ ਇਬੋਲਾ ਵੀਵ ਹੈਡ ਵੈਰੀ ਬੈਡ ਫਲੂਜ਼ ਰਾਈਟ ਇਨ ਦ ਪਾਸਟ ਬਟ ਦੇ ਨੈਵਰ ਕੈਂਸਲਡ ਸਕੂਲ ਕਾਲਜਸ ਸਪੈਸ਼ਲੀ ਸੋ ਔਰ ਗੈਦਰਿੰਗ ਲਾਈਕ ਵੈਡਿੰਗਸ ਪੀਪਲ ਬਿਗ ਗੈਦਰਿੰਗਸ ਸੋ ਆਈ ਨੋ ਸਟੈਟਿਸਟਿਕਲੀ ਜਿਹੜੇ ਡੈਥ ਸਟੈਟਿਸਟਿਕਸ ਨੇ ਮਾਈਨ ਐਂਡ ਮੋਮਸ ਏਜ ਵਾਸਤੇ ਲੋਅਰ ਨੇ ਜਿੰਨੇ ਵੀ ਡੈਥਸ ਹੋਏ ਨੇ ਸੋ ਫਾਰ ਯੂਨਾਈਟਿਡ ਸਟੇਟਸ ਦੇ ਵਿੱਚ ਸਾਰੇ ਓਲਡਰ ਜਾਂ ਵੈਰੀ ਯੰਗ ਨੇ ਸੋ ਜਿਹੜੇ ਸਾਡੇ ਸਟੈਟਿਸਟਿਕਸ ਨੇ ਮਰਨ ਵਾਸਤੇ ਇਟਸ 0.25% ਪ੍ਰੋਬਲਮ ਇਜ਼ ਓਕੇ ਵੈਲ ਆਈ ਮੀਨ ਲਾਈਕ It is, it's the death statistic. I just don't know how to better phrase it in Punjabi, okay. you know. But problem is the problem isn't how bad the disease will kill you. Okay. Problem is how fast it spreads. And that's why colleges, generally large gatherings, oh, sab kuch band ho rahe hain because a person can cough and then I'll get the coronavirus. Even though if you're not touching them. Yeah. Well, 5-6 feet di duri to bhi tanu ho. ਕੈਚ ਹੋ ਜਾਏਗਾ ਮਤਲਬ ਬਿਕਾਜ਼ ਇਟਸ ਏਅਰਬੋਰਨ ਯਾ ਸਾਡੇ ਜਿਹੜੇ ਦੇਸੀ ਨੇ ਉਹ ਇਸ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਕਿਉਂਕਿ ਟੂ ਐਡ ਦਿਸ ਟੂ ਕੰਪੈਰੀਸਨ ਪਿਛਲੇ ਸਾਲ ਮੈਨੂੰ ਫਲੂ ਹੋਇਆ ਸੀ ਇਨਫਲੂਐਂਜ਼ਾ ਐਂਡ ਦੈਟਸ ਅ ਵਾਇਰਸ ਐਂਡ ਮਾਈ ਡੈਡ ਪਿਕਡ ਮੀ ਅਪ ਫਰਮ ਸਕੂਲ ਐਂਡ ਡਰੋਵ ਮੀ 2 ਆਵਰਸ ਬੈਕ ਟੂ ਨਾਰਥਰਨ ਵਰਜੀਨੀਆ And mere papa nu flu nahi hui, even though I was coughing, my nose was running, I was touching everything. He didn't catch it.
But if it was the coronavirus, he would have gotten it, and whoever was in my car the next day would have gotten it too. That's how serious this disease is. Okay, so jehdi sadi jehdi audience hai ohna nu eh vi dass diye ki of course kyunki eh schools vagaira off kar rahe ne, colleges of course Sadgi Gill northern virginia ch assi sare jehde sade har country ch banda sanu is waqt dekh reha because we are live on Facebook. ਤੇ ਹਰ ਕੰਟਰੀ 'ਚ ਬੇਸਿਕਲੀ ਬਿਮਾਰੀ ਪਹੁੰਚ ਗਈ ਹੈ, ਇੰਡੀਆ, ਪਾਕਿਸਤਾਨ. ਉਹਨਾਂ ਸਾਰਿਆਂ ਨੂੰ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜਿਹੜੇ ਸਾਡੇ ਲੋਕਲ ਦਾ ਮੈਨੂੰ ਪਤਾ ਹੈ ਕਿਉਂਕਿ ਆਈ ਐਮ ਹੇਅਰ ਇਨ ਨਾਰਦਰਨ ਵਰਜੀਨੀਆ, ਸਾਡੇ ਜਿਹੜੇ ਸਟੋਰਸ ਨੇ, ਈਵਨ ਕਿ ਜਿਹੜੇ ਵੱਡੇ ਸਟੋਰ ਨੇ, ਵੇਅਰ ਹਾਊਸ ਨੇ, ਉਹਨਾਂ ਕੋਲ ਟੋਇਲਟ ਪੇਪਰ ਮੁੱਕ ਗਏ ਨੇ, ਹੈਂਡ ਸੋਪ ਖਤਮ ਹੋ ਗਈਆਂ ਨੇ, ਡਿਸਇਨਫੈਕਟ ਸਪਰੇਜ਼ ਨੇ ਜਿਹੜੇ ਉਹ ਖਤਮ ਹੋ ਗਏ ਨੇ, ਵਾਈਪਸ ਖਤਮ ਹੋ ਗਏ ਨੇ, ਐਂਡ ਦੀ ਮੇਨ ਜਿਹੜੀ ਚੀਜ਼ ਨੂੰ ਅਲਕੋਹਲ ਜਿਹਨੂੰ ਕਹਿੰਦੇ ਆ ਸੈਨੇਟਾਈਜ਼ਰ, ਉਹ ਖਤਮ ਹੋ ਗਿਆ ਟੋਟਲੀ. ਸੋ ਅਗਰ ਇਹ ਹੁਣੇ ਇਹ ਹਾਲ ਹੈ, ਮਤਲਬ ਹਾਲੇ ਮਤਲਬ ਪੂਰੀ ਤਰ੍ਹਾਂ ਹਾਲੇ ਆਈ ਨਹੀਂ ਹੈ, ਮਤਲਬ ਇੰਨਾ ਨਹੀਂ ਜ਼ਿਆਦਾ ਫੈਲੀ ਹੈਗੀ, ਤੇ ਤਾਂ ਇਹ ਹਾਲ ਹੈ. ਤੇ ਇਮੈਜਿਨ ਕਰੋ ਕਿ ਅਗਰ ਗੌਰਮੈਂਟ ਸਾਨੂੰ ਕੋਈ ਵੱਡਾ ਸ਼ੌਕ ਦੇ ਦਿੰਦੀ ਹੈ. I feel like as a person, it is our right to know. But also on Facebook, I am seeing people who are like getting so much toilet paper and they're not thinking about their community. Others. Mm-hmm. So the problem is you can buy 2 years worth of soap, right? Yeah. But at the end of the day, tusi bought on us. Our goal as a community, be appa as a community coronavirus to prevent kariye. Problem is, je tusi sare sabun le le and tode neighbors nu nahi hoge, then you're still gonna get it. Yeah, kyunki people need to get out of this selfish mindset. We ma like ਪੰਜਾਹ ਸੋਪਸ ਖਰੀਦ ਲਵਾਂ ਐਂਡ ਦੁਨੀਆਂ ਵਾਸਤੇ ਰੱਖਣਾ ਨਹੀਂ. ਮਤਲਬ ਇਹ ਸਾਦਗੀ ਗਿੱਲ ਦਾ ਕਹਿਣ ਦਾ ਕਿ ਸਟਾਕ ਅਪ ਨਾ ਕਰੋ, ਸਿਰਫ ਉਹਨਾਂ ਲਓ ਜੋ ਤੁਹਾਡੀ ਫੈਮਿਲੀ ਵਾਸਤੇ ਇਨਫ ਹੈ. ਰਾਈਟ, ਐਂਡ ਇਸ ਫੈਮਿਲੀ ਵਾਸਤੇ ਇਨਫ ਹੈ, ਬਟ ਦੂਜਿਆਂ ਵਾਸਤੇ ਵੀ ਸੋਚੋ. ਵਨ ਥਿੰਗ ਦੈਟ ਆਈ ਰੀਅਲੀ ਲਾਈਕਡ ਅਬਾਊਟ ਕੋਸਕੋ ਇਜ਼ ਦੇਅਰ ਇਜ਼ ਅ ਲਿਮਿਟ ਫਾਰ ਟੂ ਐਵਰੀ ਡੇ. ਸੋ ਜੇ ਤੁਸੀਂ ਸਟਾਕ ਅਪ ਕਰਨਾ ਕਰ ਲਓ, ਪਰ ਐਟਲੀਸਟ ਲਾਈਕ ਇੱਕ ਫਲੋ ਦੇ ਵਿੱਚ ਆ ਰਹੀ ਹੈ ਵੀ ਇਨਵੈਂਟੋਰੀ ਆ ਰਹੀ ਹੈ, ਇਨਵੈਂਟੋਰੀ ਜਾ ਰਹੀ ਹੈ. ਯੂ ਨੋ, ਇਹ ਨਹੀਂ ਹੈ ਵੀ ਇੱਕ ਦਿਨ ਦੇ ਵਿੱਚ ਸਭ ਕੁਝ ਮੁੱਕ ਗਿਆ ਐਂਡ ਪੂਰਾ ਹਫਤਾ ਵਾਸਤੇ ਲੋਕ ਵਾਸਤੇ ਕੁਛ. ਸੋ ਬੀ ਸਮਾਰਟ. ਅਗਰ ਕੋਈ ਚੀਜ਼ ਜਿਵੇਂ ਆਹੀ ਸਾਰੀ ਜਿਹੜੀ ਚੀਜ਼ਾਂ ਬੇਸਿਕ ਚੀਜ਼ਾਂ ਨੇ, ਹੈਂਡ ਵਾਸ਼ ਤੋਂ ਲੈ ਕੇ, ਉਹਨਾਂ ਨੂੰ ਤੁਸੀਂ ਉਨਾ ਕੁ ਯੂਜ਼ ਉਨਾ ਹੀ ਲਓ ਜਿੰਨਾ ਕੁ ਤੁਹਾਡੇ ਘਰ ਵਾਸਤੇ ਇਨਫ ਹੈ. ਉਸ ਤੋਂ ਬਾਅਦ ਲਿਵ ਇਟ ਅਲੋਨ ਫੋਰ ਅਦਰ ਪੀਪਲ, ਕਿਉਂਕਿ ਇਵੈਂਚੁਅਲੀ ਐਸ ਸਾਦਗੀ ਸੇਡ ਕਿ ਅਗਰ ਤੁਸੀਂ ਤਾਂ ਆਪਣੇ ਆਪ ਨੂੰ ਸੇਵ ਕਰ ਲਿਆ, ਸਾਰਾ ਸਟੋਕ ਅਪ ਕਰ ਲਿਆ, ਬਟ ਯੂਅਰ ਨੇਬਰ ਔਰ ਯੂਅਰ ਬੈਸਟ ਫਰੈਂਡ, ਅਗਰ ਉਹਨਾਂ ਨੂੰ ਹੈਗੀ ਹੈ ਬਿਮਾਰੀ, ਤਾਂ ਇਵੈਂਚੁਅਲੀ ਯੂ ਨੋ ਇੱਕ ਅੱਧਾ ਦਿਨ ਛੱਡ ਕੇ ਸਹੀ, ਲੇਕਿਨ ਤੁਹਾਨੂੰ ਵੀ ਇਵੈਂਚੁਅਲੀ ਹੋ ਸਕਦੀ ਹੈ. ਸੋ ਬੈਟਰ ਇਹੀ ਹੈ ਕਿ ਇਕੱਠੇ ਰਲ ਮਿਲ ਕੇ ਇਸ ਬਿਮਾਰੀ ਨਾਲ ਫਾਈਟ ਕਰੀਏ. ਐਗਜੈਕਟਲੀ. ਐਂਡ ਵਨ ਥਿੰਗ ਦੈਟ ਆਈ ਵਾਂਟ ਟੂ ਐਡ ਇਜ਼, ਜਦੋਂ ਵੀ ਕੋਈ ਬਿਮਾਰੀ ਬਾਹਰ ਆਉਂਦੀ ਹੈ, ਯੂ ਹੀਅਰ ਐਵਰੀਵਨ ਸੇ ਵਾਸ਼ ਯਰ ਹੈਂਡਸ, ਐਂਡ ਮੋਸਟ ਟਾਈਮਸ ਇਟ ਗੋਜ਼ ਇਨ ਵਨ ਈਅਰ ਆਊਟ ਦੀ ਅਦਰ. ਯੂ ਆਰ ਲਾਈਕ, ਓਕੇ ਡਾ, ਆਈ ਨੋ ਆਈ ਨੀਡ ਟੂ ਵਾਸ਼ ਮਾਈ ਹੈਂਡਸ. ਬਟ ਪ੍ਰੋਬਲਮ ਇਜ਼ ਵੀ people are not washing their hands correctly, and onjis assume kardne vi oh har cheez de vich washing hands, har cheez de vich washing hands. Okay, so what is the best technique? So not even technique, the thing is like washing hands, it doesn't slip away the bacteria and it goes down the drain, it actually kills the bacteria. I actually even made a diagram of a cell. Okay, the camera is up if you want to show it. So jehdi puri circle hai. Okay, but you want to touch? You want to show? Can you see it correctly without the light? It's really bright. Okay, here. So, jehdi puri circle hai, hana? Okay. That's the whole cell, right? Ide vich nucleus hai, which is the brain of the cell, right? We kivein mai reproduce karna. Okay. Ribosomes, which are proteins, mitochondria, which is the metabolism of it. The other one we can't see. Okay, now. There we go. See the brightness. The important part is the close-up. Je tusi dekho ke close-up, when you look at the cell, right, the black outline, the close-up is the black outline. Or cell, jehdi cell, the bilayer, right? Uh-huh. Think of a cell kind of like a grape. You know how a grape has a skin on the outside and inside it has the seeds? Yeah. So if you think about it, the skin is like this. It's called a phospholipid bilayer, meaning it's made out of both fats, which hate water, and the heads, which you see the circle parts, love water. Oh. So when you wash your hands with soap and water, it gets rid of the outer skin and it kills the cell. So it doesn't matter, we jerithoi sabrina, it's antibacterial, even body wash kills this bacteria, because the water and the soap, the chemistry between the fats, the chemistry between the water and you washing them, actually kind of disintegrates the cell wall, killing it. So
you know, I know a lot of people at Costco especially, right? Hand wash is gone and people are freaking out and they're like, I don't know how I'm going to go back home. I have kids. What am I going to wash my hands with? Worst comes to worst, body wash is just as good as antibacterial wash. Plus, antibacterial wash, which a difference is they add more alcohol into it. Yeah. So people who scrub a little bit less, people who just do it for a couple seconds, it kills more bacteria. Remember when you wash your hands, most of your germs are underneath your fingernails. And do it for 20 seconds. It's really easy. Just say your happy birthday two times. Happy birthday. Or make sure washing this side and washing your outside. Back side. And then fingernails. So what I do, which is I pull my sleeves up like this and I wash all the way up to here. Because even though the bacteria, it's kind of a weak bacteria because it is easily killed by soap and water. It dies on surface areas after a couple of hours. It's pretty weak compared to Ebola that could live for days and days. But the problem is even though it lives on our hands for 5 to 10 minutes, you touch your face so much. I know. You know. Baal fix kar liya. Baal fix karte ne. So jinne bhi thode holes ne body the which your nostrils, your eyes, your mouth, your ears. It's really easy for that to get in. So remember, don't touch your face and just wash your hands. Believe it or not, washing your hands kills 100% bacteria compared to hand sanitizer that only kills 60% of bacteria. Okay. I have another question. Hanji. This is only screen, that one is camera. Oh. Well, you should have told me that. This is before. Radio. She's doing first time with me. I was looking at the camera and the laptop. My bad. Yeah. So, Loji, let's see what messages are there. Big messages are there. I hope the radio audience is. Sorry, guys, I didn't show you a diagram. But you can see it. You can see it. Join Facebook. Facebook the page is at MYTVCUS. Yeah, my TV radio ve karoge to ch bade sari sari cheezan aa janiyan te you will find my face eventually. So my TV te jao aur utte fir pura diagram jehda Sadgi Gill ne hath naal banaya. I think you should use the marker for next time. Yeah, anyways, okay, pehla te eh ho gaya ki basically ki sabun de jehdi hand soap hai, don't go crazy. Or if you don't have hand sanitizer, don't go crazy. Use soap. Even ki body wash hai jehda main kal mainu sabun nahi mili because of course I am just regular human being te I was don't want to be panic main inni sari news pad rahi ha so main unni cheezan le rahi ha jo mainu lagda ki enough hai for my household. So when I see there is no hand sanitizer, there is no disinfect spray, so what best I could do, I buy a lot of bleach and also my body wash. They were sitting there, even 99 cents, dollar they body wash by name, just grab it, couple of them. Yeah. And then, you know, remember at the end of the day, jiri cheese o bacteria, virus nu mar diya, because it's an enveloped virus, enveloped meaning it has this fat skin to it basically, right? So at the end of the day, the most expensive soap will work just the same as the normal soap because it's not the material of the soap that it's made from, but the chemistry behind of it. Okay. So ji ek te ho gayi hai, dooji soap kehdi mil sakdi hai jehdi apan body jehdi bar soap hundiyan hai. That is perfect. Sadi countries de vich hale vi ohi bahut sare jehde rishtedar ne ya log use karde ne. Best way hai ga, ek ta best hai ki oh ji naal di naal dry ho jandi hai. Or dooja hai ga ki convenient hai jithe marzi to go with you. So agar tuhanu lagda ki sanitizer nahi hai, I know it's little pain ki sabun kaddo aur pani bottle pani leke onu hath dho, but hey, at least you are safe. 100% safe. Yeah. And another thing V Media mentioned ne kari is this virus, your hand sanitizer has to be 60% alcohol. If you're gonna go to Bath and Body Works and get the sparkly hand sanitizer, that's not gonna do anything. Yeah. Sorry, that's 10% alcohol. That's not gonna do anything. Or most of them over the counter, every single day the germs ne unna nu kill karan waste. And for the people who can't find a hand sanitizer, go to Walmart. Pick up some alcohol, 90% alcohol, rubbing alcohol. Jiri jakhma te lai di. Right? And get aloe vera gel. You mix the one bottle of aloe vera gel with one bottle of alcohol in a giant koli. You mix that up. You have to whisk it for like 5 minutes. You mix that up and that's hand sanitizer right there.
put it in a container, refill your container. Okay, say it slowly so they can follow. At Walmart, jerry or rubbing, any store. Yeah, any drugstore, jerry rubbing alcohol, 90%, right? Inni kadabbi hundi hai, liquid. That's a lot. Right? And jerry Walmart the aloe vera gel nahi milti for sunscreen burns. It's just like a gel, moisturizing gel, right? You grab that gel, inni vaji bottle hai, dump all of that in a koli. Or maybe right? in a bowl or in something. In a bowl or something. And you mix it. It's going to take a while for both of them to mix together. You mix it for like 5 minutes. Mm. And you have so much hand sanitizer. Wow. Yeah. Ho gaya technique. Any other technique? Or disinfectant. Just... Disinfectant wipes. A lot of jithe jare apa disinfectant wipes are the first to go. And a lot of people with families are like, I don't have disinfectant wipes. I don't know what to do. Get an old container of disinfectant wipes jo khali nahi hai ke or jehde baby wipes the containers ne. Take a paper towel, cut it in half, so it's like paper towel inni vaddi hundi hai, hai na, onu adha kar loge, and that's the same size of it's the same size of the disinfectant fits in the wipes. Bottle take 2.5 cups of pani, 2.5 cups of water, 2 tablespoons of bleach. Only 2 tablespoons. Only 2 tablespoons of bleach, and that's disinfectant wipes right there. See, so dekho ji, aaj assi sochya ki bade sare friends ne Facebook te paya waisi ki, oh my God, where can I buy sanitizer, hand sanitizer? Hello, Sadgi Gill in the house. Yeah. And so, one more thing is, wherever I go, I know jere wet wipes ne, they're kind of, I guess they are expensive. For 10 wipes for $1, that's expensive. For $3, I can get a giant thing of Lysol. Yeah. So what I do is I take a Ziploc bag, I put 10 or 15 Lysol wipes, and wherever I go, I wipe it. I go to class for my lectures, I wipe my seat and everywhere I'm gonna touch. Yeah, or other way, other agar loka kol agar containers nahi hai, a DIY banan waste, oh zipper bag use kar sakte. Yeah. Just cut the paper towel into the half, or then place physically, it in the zipper bag. With the chaku, you're going to have to saw it in half. Yeah, the way you want it to do it doesn't matter. The shape doesn't matter. Maybe if you want to rip, that's okay with you. That's up to you. That's the best way here. Ki knife the naal agar cut karlo, the proportion perfect ho jande. The ono zipper bag chupalo, vada jada zipper bag hai. And then a solution jada bleach the solution hai. The 2 tablespoons of bleach and. Yeah. How much water? 2.5 cups of water. 2.5 cup of water. And sara kuch zipper bag de vich paake, sab kuch paper towel and this solution. So this is it's strong, to go. It's strong enough to kill the virus and the bacteria, but it's also gentle enough on your skin because bleach is very basic. It's very strong and it's very basic, and it will deteriorate your skin over time. So it's dissolved. It's diluted enough where it's safe for you to you know, wipe your stuff even down. Kids know we wipe right. kar sakde. Oh, God, please and everything. Leave your kids at home. I literally went to Costco and there were just children running around and touching things and licking things. And parents are fighting over toilet paper. Like, hello, look at your kid. You're gonna get the coronavirus anyways because your kid's licking everything that it sees. So maksad ye hai, hire one more day nanny. Or nanny nahi hai, the husband ka chhad ke aao. Right, or keep them in front of you. Okay, you know? So basically kids and adult ne jede, ohna nu thoda ja andar rakhan di lod hai, kyunki of course sade kol jada jede young ne, ਉਹਨਾਂ ਕੋਲ ਜ਼ਿਆਦਾ ਪਾਵਰ ਹੈਗੀ ਹੈ ਫਾਈਟ ਕਰਨ ਦੀ ਬਿਮਾਰੀ. ਸੋ ਦ ਇਸ਼ੂ ਇਜ਼ ਦ ਕੋਰੋਨਾ ਵਾਇਰਸ ਇਟਸੈਲਫ ਡਸਨਟ ਕਿਲ ਯੂ. ਵਾਟ ਇਜ਼ ਕਿਲਿੰਗ ਪੀਪਲ ਇਜ਼ ਦੈਟ ਵਾਇਰਸ ਗਿਵਸ ਯੂ ਨਮੋਨੀਆ, ਐਂਡ ਨਮੋਨੀਆ ਇਜ਼ ਵਨ ਵਾਟਰ ਗੈਟਸ ਇਨ ਟੂ ਯੋਰ ਲੰਗਸ. ਸੋ ਯੂਰ ਬੇਸਿਕਲੀ ਡਰਾਊਨਿੰਗ ਅਲਾਈਵ. ਵਿਦ ਲਿਟਲ ਕਿਡਸ ਦੇ ਡੋਨਟ ਅੰਡਰਸਟੈਂਡ ਦੈਟ, ਦੇ ਜਸਟ ਕ੍ਰਾਈ, ਦੇ ਡੋਨਟ ਅੰਡਰਸਟੈਂਡ ਦੈਟ ਦੇ ਕੈਨਟ ਬਰੀਥ. ਸੋ ਦੈਟਸ ਹਾਊ ਦ ਨਮੋਨੀਆ ਕਿਲਸ ਦੈਮ. ਫੋਰ ਓਲਡਰ ਅਡਲਟਸ ਦੇ ਜਸਟ ਡੋਨਟ, ਯੂ ਨੋ, ਲਾਈਕ ਦੇ ਜਸਟ they're going to go anyways, you know, they're going to go soon anyways. Okay, so lo ji hun baki koi information hai ek gaane to baad puri kiti jave. Yeah, te jehde radio audience hai unna nu te wapas selfish unna nu gaana saanjha kar ditta jave. Guys, information sirf tode waste si. Sadgi Gill nu main phad ke le aayi hai. She was busy, she was I think going outside to walk or something, I don't know. She was ready with her hat. Te appa hun ਤੁਹਾਨੂੰ ਗਾਣਾ ਸਾਂਝਾ ਕਰ ਦਿੱਤਾ. ਜਿਹੜੀ ਰੇਡੀਓ ਆਡੀਅੰਸ ਹੈ ਗਾਣੇ ਨੂੰ ਸੁਣ ਸਕਦੀ ਹੈ, ਲੇਕਿਨ ਜਿਹੜੇ ਸਾਡੀ ਫੇਸਬੁੱਕ ਆਡੀਅੰਸ ਹੈ ਸਾਨੂੰ ਸੁਣ ਸਕਦੀ ਹੈ ਔਰ ਦੇਖ ਸਕਦੀ ਹੈ. ਔਰ ਹੁਣ ਜਿਹੜੇ ਨੈਕਸਟ ਅਸੀਂ ਸੌਂਗ ਵਜਾਉਣ ਲੱਗੇ ਹਾਂ, ਅਫਕੋਰਸ ਆਤਿਫ ਅਸਲਮ ਜੀ ਦਾ ਬਰਥਡੇ ਹੈ ਸਭ ਤੋਂ ਪਹਿਲਾਂ, ਅਤੇ ਆਤਿਫ ਅਸਲਮ ਜੀ ਤੁਹਾਨੂੰ ਜਨਮਦਿਨ ਦੀ ਬਹੁਤ ਬਹੁਤ ਮੁਬਾਰਕਾਂ ਹੋਣ.
or one of the find by Indian Bollywood industry main kahangi. Of course he's from Pakistan, but jada fame hai unna nu oh India to zyada milya kyunki jehdi movies de gaane unna ne gaaye oh amazing sige. Oh mere bachche chote chote hunde si jadon main bachpan to hi khair Bollywood gaane play kardi, meri childhood to of course I'm Indian. लेकिन जो अमेरिका मूव हुई तो मैं चाहती सी कि मेरे बच्चे एज मच इंडियन रहन एज आई एम. सो वो किस तरह पॉसिबल हो सकता से कि मैं जिन्ना हो सके वो बच्चा यू नो मंकी सी मंकी डू. सो बेसिकली बच्चे ने वो दे जस्ट लाइक मंकी. सो बेसिकली स्पंज. या और स्पंज इज अ गुड. शी डजंट लाइक मंकी. और स्पंज कि वो सक कर लेंदे एवरीथिंग व्हाटएवर दे सी अराउंड. तो वो बेस्ट वे की है जी गाने जो बजाने ने वो देसी बजाओ. लैंग्वेज जी बोल रहे हो करे पंजाबी बोलो ता ही लोग पंजाबी अच्छी बोल लेंगे क्योंकि स्कूल जाके ना इंग्लिश इवेंचुअली सीख ही लैनी है. हाँ. और फ्री दे विच एक अनदर लैंग्वेज आ जाती है की हर्ट है यू नो सीखने वास्ते. माँ बाप दादा दादी ना बच्चे गल्ला कर सकते हैं, रिश्तेदारा ना गल्ला कर सकते हैं, व्हाटएवर द लैंग्वेज यू स्पीक विद योर यू नो बैक होम. जे गुजराती बोलते हो स्टिल बेनीफिट. बंगाली बोलते हो अगैन जी भी तरी मदर टंग है वह डेफिनेटली बच्चों सांझी करो ताकि वह इस चीज़ में जुड़ के रहन. सो बैक टू दी आतिफ असलम. सो इन का हूँ एक गाना बजानी है. गाने तो बहुत खास खास ने लेकिन मैं वो पिक कर रही हूँ जेडे बड़े सुरीले टाइप और बड़े सूदिंग जे सोंग ने. और लो जी जी सा फेसबुक ऑडियंस है वो इस गाने नु पूरा किस तरह सुन सकते हैं पूरा का पूरा. डाउनलोड करो माई टीवी रेडियो ऐप और उससे इस गाने नु पूरा इंजॉय कर सकते हो. तो सागे गिल हूँ ये दसो कि ऐसी होर केड़ी चीज़ है, कोई फूड ऐसा है जिहड़ा असी प्रिवेंट कर सकते हैं या फूड ऐसा जिहड़ा खाइए कि जिहड़ा इम्यून सिस्टम स्ट्रोंग रहे और असी फाइट कर सकीए. वट should be eat like yogurt, orange or basically anything. Jada vitamins in charge ne tode immune system waste oh hai ga vitamin C jich basically jinne vi orange chijane ode vich ne like lemons have them, oranges have a lot of them, mangoes have more than oranges. Vitamin C is very important for your immune system. ਕਈ ਵਾਰੀ ਔਨ ਦਾ ਗੋ ਮੈਨੂੰ ਚਾਂਸ ਨਹੀਂ ਮਿਲਦਾ ਇੱਕ ਸੰਤਰਾ ਖਾਣ ਵਾਸਤੇ ਜਾਂ ਨਿੰਬੂ ਪਾਣੀ ਪੀਣ ਵਾਸਤੇ. ਸੋ $10 ਦੀ 20 ਲਿਟਲ ਪੈਕਟਸ ਔਨ ਦਾ ਨੇ ਇਟਸ ਕਾਲਡ ਐਮਰਜੈਂਸੀ. ਉਹਦੇ ਵਿੱਚ 1000 mg ਆਫ ਵਿਟਾਮਿਨ ਸੀ ਆ. ਪੁੱਟ ਦੈਟ ਇਨ ਵਾਟਰ, ਗੁਲਪ ਇਟ ਡਾਊਨ ਐਂਡ ਦੈਨ ਆਮ ਸੈਟ ਫੋਰ ਦਾ ਡੇ. So it's really important to be, especially this time the vich hana, ਵੀ ਤੁਸੀਂ ਫਰੂਟ ਐਂਡ ਵੈਜੀਟੇਬਲਸ ਖਾਓ ਜਿਹੜੇ ਵੀ ਤੁਹਾਡੇ ਇਮਿਊਨ ਸਿਸਟਮਸ ਨੂੰ ਸਪੋਰਟ ਕਰੇ. ਬਟ ਮੋਸਟ ਇੰਪੋਰਟੈਂਟਲੀ ਵਿਟਾਮਿਨ ਸੀ ਇਜ਼ ਦ ਵੇ ਟੂ ਗੋ. ਵੇ ਟੂ ਗੋ. ਔਰ ਅਗਰ ਲੋਕ ਕਹਿੰਦੇ ਨੇ ਕਿ ਸਟੇ ਇਨਸਾਈਡ ਗਾਇਸ, ਦੈਨ ਸਟੇ ਇਨਸਾਈਡ, ਡੋਂਟ ਗੋ ਫੋਰ ਪਾਰਟੀਜ਼, ਡੋਂਟ ਗੋ ਫੋਰ ਇਟਸ ਫਨੀ. ਗੁਰਦੁਆਰਾ ਵੀ ਮੈਂ ਕਹਾਂਗੀ ਅਗਰ ਗੁਰਦੁਆਰੇ ਤੁਸੀਂ ਜਾਂਦੇ ਹੋ ਤੇ leave younger kids at home or elders ana honestly so kisi kisi gurdwara ne announce kar ditta hai. Rajwan ji ne bahut acha message chhadya hai of course. Honestly this is my philosophy and a lot of people are going to agree or disagree with it. But mainu ne lagda vi jede for example ek church hai DC de vich ek service every Sunday they've had a service for the past 200 years. No matter what, no matter tornado, hurricane, whatever, they've had Sunday service, but they've canceled it because of this virus. So menu lagda vi jada rabba ek chi har cheez ek reason waste page de ne thale hana. But menu ne lagda vi gurdwara jaan naal aur gurdwara ek ya do ki kehnde ne ek aur do Sundays miss ਕਰਨ ਨਾਲ ਤੁਸੀਂ ਇੱਕ ਬੈਡ ਸਿੱਖ ਬਣ ਜਾਂਦੇ ਹੋ ਜਾਂ ਤੁਸੀਂ ਇੰਨਾ ਡੈਡੀਕੇਟਿਡ ਨਹੀਂ ਹੈਗੇ ਰਿਲੀਜਨ ਵਾਸਤੇ. ਆਈ ਡਿਸਅਗਰੀ ਵਿਦ ਦੈਟ. ਮੈਨੂੰ ਲੱਗਦਾ ਵੀ ਫਰ ਦ ਨੈਕਸਟ ਕਪਲ ਵੀਕਸ ਜਿੰਨੇ ਵੀ ਗੁਰਦੁਆਰੇ ਨੇ ਲੰਗਰ ਨੂੰ ਪੋਸਟਪੋਨ ਕਰਨਾ ਚਾਹੀਦਾ ਔਨ ਸੰਡੇਸ, ਵੱਡੇ ਗੈਦਰਿੰਗ ਨੂੰ ਪੋਸਟਪੋਨ ਕਰਨਾ ਚਾਹੀਦਾ. ਬਿਕਾਜ਼ ਇਟਸ ਸੋ ਈਜ਼ੀ, ਇਟਸ ਸੋ ਈਜ਼ੀ ਟੂ ਸਪਰੈਡ ਦਿਸ. ਦ ਪ੍ਰੋਬਲਮ ਇਜ਼ਨਟ ਫੀ ਹਾਊ ਡੈਡਲੀ ਇਟ ਇਜ਼, ਦ ਪ੍ਰੋਬਲਮ ਇਜ਼ ਹਾਊ ਇਟ ਸਪਰੈਡਸ. ਦੈਟਸ ਵਾਈ ਜਿਹੜੇ ਯੂਨੀਵਰਸਿਟੀਜ਼ ਨੇ, ਮਲਟੀ ਮਿਲੀਅਨ ਬਿਲੀਅਨ ਡਾਲਰਸ ਯੂਨੀਵਰਸਿਟੀਜ਼ ਸਾਰੇ ਸ਼ਟ ਡਾਊਨ ਹੋ ਰਹੇ ਨੇ. ਐਂਡ ਆਈ ਥਿੰਕ ਵੀ ਜਿਹੜਾ ਰੱਬ ਉੱਪਰ ਹੈ ਉਹ ਜ਼ਿਆਦਾ ਉਹ ਅੰਡਰਸਟੈਂਡ ਕਰੇਗੇ ਵੀ ਤੁਸੀਂ ਘਰੇ ਜਾ ਕੇ ਵੀ ਪਾਠ ਕਰ ਸਕਦੇ ਹੋ.
ਮਕਸਦ ਇਹ ਹੈ ਕਿ ਹਿਊਮਨ ਕਾਇੰਡ ਨੂੰ ਸੇਵ ਕਰਨ ਵਾਸਤੇ ਅਸੀਂ ਬੈਸਟ ਕੀ ਕਰ ਸਕਦੇ ਹਾਂ ਔਰ ਦਿਸ ਇਜ਼ ਦ ਟਾਈਮ ਕਿ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਦਿਮਾਗ ਦੇ ਨਾਲ ਸੋਚ ਕੇ ਔਰ ਸਮਝ ਕੇ ਆਪਾਂ ਹਰ ਚੀਜ਼ ਇਨਸਾਨ ਐਸੀ ਚੀਜ਼ ਹੈ ਹਰ ਚੀਜ਼ ਦੇ ਨਾਲ ਫਾਈਟ ਕਰ ਸਕਦਾ ਭਾਵੇਂ ਭੂਤ ਪ੍ਰੇਤ ਹੋਵੇ ਜਾਂ ਬਿਮਾਰੀਆਂ ਹੋਣ ਲੇਕਿਨ ਅਗਰ ਇਕੱਠੇ ਹੋਵੋ ਤੇ ਉਹ ਜਲਦੀ ਹੋ ਸਕਦੀ ਹੈ ਵਾਂਸ ਅਗੇਨ ਇਟਸ ਅ ਕਮਿਊਨਿਟੀ ਥਿੰਗ ਗੋਇੰਗ ਬੈਕ ਟੂ ਦ ਗਰੋਸਰੀ ਸ਼ਾਪਿੰਗ ਗੋਇੰਗ ਬੈਕ ਟੂ ਜਿਹੜੇ ਸੰਡੇ ਦੇ ਸਰਵਿਸਿਸ ਨੇ ਇਟਸ ਅ ਕਮਿਊਨਿਟੀ ਥਿੰਗ ਵੀ ਹੈਵ ਟੂ ਵਰਕ ਟੁਗੈਦਰ ਐਜ਼ ਅ ਕਮਿਊਨਿਟੀ ਐਂਡ ਵਨ ਥਿੰਗ ਦੈਟ ਆਈਵ ਲਰਨਡ ਬਿਕੋਜ਼ ਆਈ ਐਮ ਅ ਹਿਸਟਰੀ ਗੀਕ ਇਜ਼ ਜਦੋਂ ਵੀ ਬੈਡ ਟਾਈਮਸ ਆਉਂਦੇ ਨੇ ਹਰਿਕੇਨਸ 9/11 ਦੀਸ ਬੈਡ ਥਿੰਗਸ happened for a reason and they're good too because the United States we were never as tight as a community as we were during hurricanes as we were during 9/11 when it comes to these big problems us as Americans we know how to be a community so I feel like this coronavirus is equally as dangerous as a hurricane it's equally as dangerous as menu ta lagda zyada hai 9/11 yeah and I feel like as a community it is our job to look after our neighbors to keep our neighbors in the back of our mind to keep our our sath sangat in the back of our minds we je thode kol niyane ne thode kol buzurg ne hai na ohna da jyada dhyan rakho and keep them at home you know or for example a lot of people mind a lot of people don't know how to cough correctly they'll cough into their hands or they cough into a rumal or something even not this now they said even try yeah don't do it with yeah t-shirt. Don't even like do it here do it in your shoulder not a lot of people touch your shoulders and for the next minna or something don't do jappiyan don't do handshakes don't do pappiyan don't do that just simple sat sri akal you know even no even ki not kehnde ne ki fees de naal lokon no so simple is namaste sat sri akal or and the other person would be understand don't do that a lot of people would be understanding me a puri virus puri worldwide we dujinu jinna bhi tusi prevent kar sakde ho touching and main ta kehni husband so bhi kamre jo bahar kaddo yeah honestly just do it. Joking just do it. TV show hai radio show hai they no interesting one thing I want to put out there a lot of people they'll clear their throats they'll go like no and then you'll be like yo like cover that and they'll be like I wasn't coughing no coughing especially your daddy coughing is when you take lung air from your lungs and you take it out okay yeah so if you're going to clear your throat if you're going to cough if you're going to do any of those things cover yourself I don't care how rude I sound because I'm trying to prevent this deadly virus please cover come. Yourself leave the children at home like this yes or like this yeah you know keep your germs to yourself like people will be coughing openly and I'm just like ਤੂੰ ਡਮਿਆ ਲਾਈਕ ਤੈਨੂੰ ਪਤਾ ਨਹੀਂ ਵੀ ਲਾਈਕ ਇਸ ਤਰ੍ਹਾਂ ਲਾਈਕ ਇਟਸ ਏਅਰਬੋਰਨ ਯੈਸ ਆਈ ਨੋ ਦ ਵਾਇਰਸ ਇਜ਼ ਹੈਵੀ ਸੋ ਆਫਟਰ 10 ਸੈਕਿੰਡਸ ਇਟ ਫਲੋਟਸ ਟੂ ਦ ਗਰਾਊਂਡ ਬਟ ਸਟਿਲ ਇਨ ਦੈਟ 10 ਸੈਕਿੰਡਸ ਇਫ ਆਈ ਕੌਫ ਰਾਈਟ ਨਾਓ ਮਾਈ ਮਦਰ ਵੁੱਡ ਗੈਟ ਇਟ ਆਈ ਵੈਂਟ ਟੂ ਵਾਲਮਾਰਟ ਯੈਸਟਰਡੇ ਐਂਡ ਦੇਰ ਵਾਸ ਮੈਂ ਕੁੜਤੇ ਪਜਾਮੇ ਚ ਇੱਕ ਬੰਦਾ ਖੜਾ ਸੀ ਮੈਂ ਦੱਸਾਂਗੀ ਨਹੀਂ ਕਿੱਥੋਂ ਦੀ ਹੈ ਕਿਉਂਕਿ ਤੁਹਾਨੂੰ ਲੱਗੇਗਾ ਮੈਂ ਰੇਸਿਸਟ ਹਾਂ ਵਿਚ ਇਜ਼ ਆਈ ਐਮ ਨਾਟ ਆਈ ਲਵ ਐਵਰੀਥਿੰਗ ਐਵਰੀਬਾਡੀ ਇਕੁਆਲਿਟੀ ਵਿਦ ਇਕੁਅਲ ਵੇ ਨਾਲ ਲੇਕਿਨ ਉਹ ਜਦੋਂ ਖੰਘਿਆ ਨਾ ਇੰਜ ਕਰਕੇ ਮੈਂ ਲਾਈਨ ਚ ਖੜੀ ਸੀ ਮੈਂ ਫਾਰਮੇਸੀ ਤੋਂ ਕੋਈ ਦਵਾਈਆਂ ਪਿਕਅਪ ਕਰਨੀਆਂ ਸੀ ਕਰਦਾ ਇੰਨੀ ਜ਼ੋਰ ਦੀ ਆਈ ਲੁਕਡ ਐਟ ਹਿਮ ਐਂਡ ਆਈ ਸੈਡ ਹੈ ਆਈ ਐਮ ਸਟੈਂਡਿੰਗ 2 ਮਿੰਟ ਤਾਂ ਮੈਂ ਸਾਹ ਹੀ ਨਹੀਂ ਲਿੱਤੇ ਮੈਂ ਅੱਜ ਖੜੀ ਦੀ ਪਰ ਸਾਦਗੀ ਕਹਿੰਦੀ ਮੰਮਾ ਇਟਸ ਨਾਟ ਗੋਨਾ ਵਰਕ ਲਾਈਕ ਦਿਸ ਨੋ ਆਈ ਵੁੱਡ ਹੈਵ ਬੀਨ ਲਾਈਕ ਯੋ ਕਵਰ ਯੋਰ ਆਈ ਵਾਸ ਨਾਟ ਬ੍ਰੀਥਿੰਗ ਮੈਨੂੰ ਸੀਗਾ ਕਿ ਮੇਰੇ ਨੱਕ ਦੇ ਵਿੱਚ ਅੰਦਰ ਨਾ ਚਲਾ ਜਾਏ ਲੇਕਿਨ ਆਫ ਕੋਰਸ ਹੋਰ ਵੀ ਮੋਰੀਆਂ ਹੈਗੀਆਂ ਨੇ ਯਾ ਐਂਡ ਇਟਸ ਲਾਈਕ ਔਨ ਯੋਰ ਸਕਿਨ ਐਂਡ ਔਰ ਕਹਿੰਦੇ ਕਿ ਅਗਰ ਉਹ ਤੁਹਾਡੇ ਕਿਤੇ ਵੀ ਲੱਗਿਆ ਜਰਮਸ ਅਗਰ ਉਹਨਾਂ ਦਾ ਅਗਰ ਹੈ ਵਾਇਰਸ ਦਾ ਤੇ ਉਹ ਜੇ ਤੁਸੀਂ ਟੱਚ ਕਰਦੇ ਹੋ ਤੇ ਉਹ ਐਕਸੀਡੈਂਟਲੀ ਤੁਸੀਂ ਆਪ ਹੀ ਉਹਨੂੰ ਅੰਦਰ ਜਾਣ ਦਾ ਐਕਸੈਸ ਦੇ ਰਹੇ ਹੋ ਸੋ ਇਟਸ ਵੈਰੀ ਟਫ ਨਾਟ ਟੂ ਟੱਚ One good thing about this virus, 2 hours in the sun and it's dead. So let your kids play outside. Jada daily things ne, like if your son, for example, is gonna go hang out with one other friend, tell them to don't be stupid.
tell them to be careful, but let them hang out. Don't put them on house Please arrest. Please teach them. This is the time to teach them not to lick the floor, not to touch things and put in your mouth. Not And that's not the child's fault. It is not the child's fault. It is the parent's fault. If your kid does that, it's your fault. Nee, koshish karo ki unnu jinna mainu pata bacche fir vi bacche rehnge. Lekin koshish karo ki jinna zyada to zyada tusi unnu tok sakde ho. Kyunki eventually future de vich agar sunade koi hor bimari aandi hai te you will be And parents, fine. I know rishtedar, I have a lot of extended family, you know, and so not that I'm saying my family does, but I've heard from jede mere roommates the family name vigera. Vi kai vari je tusi unne de bacche nu tok do, pyar naal, ha, oh mind kar dende ne. Parents, please, you're getting babysitting done for free. Yeah. Do not, please don't mind when if your daughter, for example, I don't know, give me a random kid's name. I'm going to use my cousin's name for this example. Ramath, right? If Ramath was here and she was coughing, right? I'd be like, Berta, cover your cough. And I know that. Better so mind me when I Right? And then, like, for example, my mama's really chill, Sunny Mama. He wouldn't say anything because he know we may odipa love us the kariya, hana? So all parents should do that. Mm. I feel like. Of course, if I like yelled at your kid, you know, like be like for no reason. For no reason, but I'm like both like aho jee jee nahi kari there or something like that. Please mind na karo, cause at the end of the day, apni safety vaste kar. At the end of the day, main ode palla vaste kariya and saare vaste bhi kariya main. So lo ji, hona time aa gaya ek gaane da. Asi lene choti ji break aur Sadgi Gill. Tusi kithe na jana, tusi ethe. Audience hai is gaane nu pura enjoy kar degi, kar legi. Main Sadgi Gill vangu bolan lag payi ha. Kharbooje ko dekhe, kharbooja rang pakadta hai. ਸੋ ਲੋ ਜੀ ਆਪਾਂ ਇੱਕ ਛੋਟੀ ਜਿਹੀ ਟਾਈਨੀ ਜਿਹੀ ਬ੍ਰੇਕ ਲੈਂਦੇ ਹਾਂ ਫਿਰ ਵਾਪਸ ਆਉਂਦੇ ਹਾਂ ਔਰ ਤੁਹਾਡੇ ਨਾਲ ਹੋਰ ਬੜੀ ਸਾਰੀ ਚੀਜ਼ਾਂ ਸਾਂਝੀਆਂ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਬੈਨੀਫਿਟ ਲੱਗੇ ਕਿ ਤੁਹਾਨੂੰ ਬੈਨੀਫਿਟ ਕਰ ਰਹੀ ਹੈ ਤਾਂ ਪਲੀਜ਼ ਸ਼ੇਅਰ ਕਰੋ ਲਾਈਕ ਕਰੋ ਔਰ ਦੱਸਣਾ ਕਿ ਅਸੀਂ ਹੁਣ ਸਾਦਗੀ ਗਿੱਲ 3 months ਇਨ ਦਾ ਹਾਊਸ ਨੇ ਵਿਦ ਮੋਨੀ ਗਿੱਲ ਯੇ ਸੋ ਬੜੇ ਸਾਰੇ ਮਸਾਲੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਫਰੋਮ ਕਿਚਨ ਟੂ ਮੈਡੀਕਲ ਯਾ ਰਾਈਟ ਮਾਈ ਬੈਸਟ ਦ ਵੇ ਦੈਟ ਜਿਹੜਾ ਮੇਰਾ ਬ੍ਰੇਨ ਵਰਕ ਕਰਦਾ ਜਿਵੇਂ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰ ਓ ਮਾਈ ਗੋਡ ਆਈ ਐਮ ਸੋ ਸੌਰੀ ਆਈ ਜਸਟ ਮੂਵਡ ਇਟ ਦੈਟਸ ਓਕੇ ਦੈਟਸ ਆਲ ਰਾਈਟ ਜਿਸ ਤਰ੍ਹਾਂ ਮੇਰਾ ਬ੍ਰੇਨ ਪ੍ਰੋਸੈਸ ਕਰਦਾ ਆਈ ਲਾਈਕ ਨੋਇੰਗ ਐਵਰੀ ਲਿਟਲ ਥਿੰਗ ਜਿਹੜਾ ਉਹ ਚੀਜ਼ ਨੂੰ ਮੇਕ ਕਰਦਾ ਦ ਪ੍ਰੋਸੈਸ ਆਫ ਹਾਊ ਇਟ ਗਾਟ ਦੇਅਰ ਸੋ ਜਦੋਂ ਮੈਂ ਨਿਊਜ਼ ਦੇ ਵਿੱਚ ਸੁਣਿਆ ਵੀ ਇਸ ਵਾਇਰਸ ਵਾਸਤੇ ਇੱਕ ਵੈਕਸੀਨ ਹਜੇ ਨਹੀਂ ਬਣੀ ਜਾਂ ਕੋਈ ਕਿਓਰ ਨਹੀਂ ਹੈਗੀ ਆਈ ਵਾਜ਼ ਲਾਈਕ ਵਾਈ Why for the flu we have vaccines, but for this we don't? And then I looked it up. And we're gonna share later we're on. We're gonna share after little break, choti si break, tiny mini. Tea break. So let's take a kyunki masala rakhna hai taki audience dekh sake ki kaisi information share kar rahe hain. So let's have a small Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. Hi, my name is Kuldeep Gill. I'm broker of Sky Realty. The reason we are so successful because clients trust us. ਤੁਸੀਂ ਦੇਖ ਰਹੇ ਹੋ ਮਾਈ ਟੀਵੀ ਰੇਡੀਓ ਆਲ ਦ ਵੇ ਫਰੋਮ ਵਾਸ਼ਿੰਗਟਨ ਡੀਸੀ ਸੋਲੋ ਜੀ ਇੱਕ ਗਾਣਾ ਹੈ ਬੜਾ ਖੂਬਸੂਰਤ ਗਾਣਾ ਹੈ ਜਬ ਕੋਈ ਤੁਹਾਡੇ ਵਾਸਤੇ ਸਿਰਫ ਇੰਨਾ ਹੀ ਗਾਣਾ ਵੱਜੇਗਾ ਕਿਉਂਕਿ ਇਹਨੂੰ ਇੰਜੋਏ ਕਰਨਗੇ ਰੇਡੀਓ ਆਡੀਅੰਸ ਔਰ ਤੁਸੀਂ ਇੰਜੋਏ ਕਰੋਗੇ ਅੱਜ ਸਾਦਗੀ ਗਿੱਲ ਦੇ ਦਿੱਤੇ ਹੋਏ ਨੁਕਸੇ ਟਿਪਸ ਜੀ ਹੈਲਪ ਕਰਨਗੇ ਤੁਹਾਨੂੰ ਡੈਫੀਨੇਟਲੀ ਕਿਉਂਕਿ ਮੇਰੇ ਘਰ 'ਚ ਬਹੁਤ ਹੈਲਪ ਕਰ ਰਹੇ ਨੇ ਕਿਉਂਕਿ ਮੈਂ ਬੜੀ ਪੈਨਿਕ ਹੋ ਗਈ ਮੈਨੂੰ ਸਾਬਣ ਨਾ ਮਿਲੇ ਮੈਨੂੰ ਸੈਨੇਟਾਈਜ਼ਰ ਨਾ ਮਿਲੇ ਐਂਡ ਮੈਂ ਬਹੁਤ ਹਾਈਜੀਨ ਟਾਈਪ ਦਾ ਪਰਸਨ ਹਾਂ ਕਿ ਮੈਨੂੰ ਬੜੀ ਕ੍ਰੀਚ ਆਉਂਦੀ ਹੈ ਬੜੀ ਚੀਜ਼ਾਂ ਤੋਂ ਯੂ ਵਾਟ ਸਰਪ੍ਰਾਈਜ਼ ਮੀ ਬਿਕੋਜ਼ ਆਫ ਦ ਵਾਇਰਸ ਜਿਹੜੇ ਵੀ ਇੱਥੇ ਮੈਟਰੋ ਸਟੇਸ਼ਨਸ ਨੇ ਦੇ ਲਾਈਕ ਓ ਲਾਈਕ ਵੀ ਡਿਸਇਨਫੈਕਟਿੰਗ ਦ ਬਟਨਸ ਟਵਾਈਸ ਅ ਡੇ ਬਾ 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 ਐਂਡ ਦ ਫਰਸਟ ਥਾਟ ਜਿਹੜੇ ਮੇਰੇ ਦਿਮਾਗ ਦੇ ਵਿੱਚ ਆਈ
ਤੁਸੀਂ ਪਹਿਲਾਂ ਤੋਂ ਕਿਉਂ ਨਹੀਂ ਕਰ ਰਹੇ? ਲਾਈਕ ਦੈਟਸ ਸੋ ਡਿਸਗਸਟਿੰਗ। ਲਾਈਕ ਕਦੀ ਸਫਾਈ ਸੁਣਿਆ ਤੁਸੀਂ? ਲਾਈਕ ਯੂ ਨੋ, ਲਾਈਕ ਜੇ ਮਿਲੀਅਨਸ ਆਫ ਪੀਪਲ ਇਸ ਰਾਊਟ ਤੋਂ ਜਾ ਰਹੇ ਨੇ, ਯੂ ਵੁੱਡ ਥਿੰਕ ਫੀਲ ਲਾਈਕ ਯੂ ਨੋ twice a day twice a day safai kana, but yeah. Apparently not. So this virus is definitely teaching people some common sense that they should have learned a long time ago. Bilkul jivein purane time ch karde si te hun tusi wapas dasso ki ide bare ki dass rahe si. Right, so mainu samajh nahi aa rahi si vi how do I word, oh sorry, mainu samajh nahi aa rahi si vi jehdi flu aaya influenza hana ਉਹਦੇ ਵਾਸਤੇ ਵੈਕਸੀਨ ਸਾਨੂੰ ਮਿਲਦੇ ਨੇ, ਏ ਕੇ ਫਲੂ ਸ਼ਾਟਸ, ਰਾਈਟ, ਪ੍ਰੀਵੈਂਟ ਕਰਨ ਵਾਸਤੇ ਔਰ ਮਾਈਲਡ ਕਰਨ ਵਾਸਤੇ ਜਿਹੜੇ ਉਹਦੇ ਸਿਮਟਮਸ ਨੇ। ਫਿਰ ਇਹ ਵਾਇਰਸ ਵਾਸਤੇ ਕਿਉਂ ਨਹੀਂ ਕੁਛ ਬਣਿਆ? ਐਂਡ ਆਈ ਲੁਕਡ ਇਟ ਅਪ ਐਂਡ ਇਟਸ ਬਿਕਾਜ਼ ਤੁਹਾਨੂੰ ਪਤਾ ਡੀ ਐਨ ਏ ਕੀ ਹੈ, ਰਾਈਟ, ਜਿੱਥੇ ਤੁਹਾਡੇ ਜਨੈਟਿਕਸ ਨੇ ਔਰ ਡੀ ਐਨ ਏ ਇਜ਼ ਬੇਸਿਕਲੀ ਐਨ ਆਰ ਐਨ ਏ ਬੇਸਿਕਲੀ ਇਜ਼ ਹਾਓ ਇਨਫੋਰਮੇਸ਼ਨ ਇਨ ਯੋਰ ਬਾਡੀ ਇਜ਼ ਪਾਸਡ, ਰਾਈਟ। ਜਿਹੜਾ ਡੀ ਐਨ ਏ ਆ ਇਟਸ ਲਾਈਕ ਯੋਰ ਬਲੂ ਪ੍ਰਿੰਟਸ, ਰਾਈਟ, ਵੀ ਇੱਥੇ ਲਿਖਿਆ ਹੋਇਆ, ਓ ਮਾਈ ਗੋਡ, ਇੱਥੇ ਲਿਖਿਆ ਹੋਇਆ ਮੈਂ ਬਾਲ ਸਟ੍ਰੇਟ ਹੋਣੇ, ਇੱਥੇ ਲਿਖਿਆ ਮੈਂ ਰੰਗ ਕੀ ਹੋਣਾ, ਇੱਥੇ ਲਿਖਿਆ ਮੇਰੇ ਦਿਮਾਗ ਕਿਵੇਂ ਚੱਲਣਾ। ਮੋਸਟਲੀ ਪੀਪਲ ਨੋ ਵਟ ਇਜ਼ ਡੀ ਐਨ ਏ। ਯਾ, ਸੋ ਯੂ ਸੀ ਹਾਓ ਡੀ ਐਨ ਏ ਇੱਕ ਡਬਲ ਸਟ੍ਰੈਂਡਡ ਆ, ਹਨਾ, I'm getting okay, there. You're getting there. DNA is double stranded, right? RNA is single stranded. So obviously by the looks of this, RNA is built differently because it's half the size of DNA. And that's the problem. Ta haje vaccines nahi mile because RNA inni small hai, we unhon nu samajh nahi aa rahi ve kime study karna and kime prevent karan waste. So I just thought that we thoda, I don't know, ਥੋੜ੍ਹਾ ਪੈਨਿਕ ਨੂੰ ਘੱਟ ਕਰਨ ਵਾਸਤੇ, ਬਿਕਾਜ਼ ਮੈਨੂੰ ਪਤਾ ਪੈਨਿਕ ਤਾਂ ਹੁੰਦਾ ਵੈਨ ਯੂ ਡੋਂਟ ਅੰਡਰਸਟੈਂਡ ਸਮਥਿੰਗ, ਹੈਨਾ। ਸੋ ਮੇ ਬੀ ਇਫ ਵੀ ਕੈਨ ਅੰਡਰਸਟੈਂਡ ਇਟ ਅ ਲਿਟਲ ਬਿਟ ਮੋਰ, ਫੋਰ ਐਗਜ਼ਾਮਪਲ ਵੀ ਇਟਸ ਅ ਸਮਾਲਰ ਵਾਇਰਸ ਐਂਡ ਵੀ ਇਹਦੇ ਸਪਰੈਡ ਕਰਕੇ ਡੇਂਜਰਸ ਹੈ, ਇਹਦੀ ਐਕਚੁਅਲ ਸਿਮਟਮਸ ਇੰਨਾ ਡੇਂਜਰਸ ਨਹੀਂ ਹੈਗੇ, ਜਸਟ ਅੰਡਰਸਟੈਂਡਿੰਗ ਵਿਦ ਇਨਫੋਰਮੇਸ਼ਨ ਥੋੜ੍ਹਾ ਲੈਸ ਪੈਨਿਕ ਹੁੰਦੇ ਹੋ, ਹੈਨਾ। ਸੋ ਨਾਓ ਮੈਨੂੰ ਪਤਾ ਵੀ ਹੈ ਲਾਈਕ if I get the coronavirus, mainu pata hai kive prevent karna, but I know we if I have it, it's not that big of a deal, I'm probably not going to die, it's just a spicy flu, yeah. But mainu e pata hai vi main apne bhra to dur rehna, main apne maa pyo to dur rehna, main sidha hospital jana, so it's good to have this information. And so since my mom owns this platform, I decided to share it with you with my college thousands of dollars education ਜਿਹੜਾ ਅਸੀਂ ਸਪੈਂਡ ਕਰ ਰਹੇ ਹਾਂ, ਅਤੇ ਚਲੋ ਐਟਲੀਸਟ ਉਹ ਸਾਡੀ ਕਮਿਊਨਿਟੀ ਦਾ ਕੰਮ ਆਵੇ। ਪੜ੍ਹਾਈ ਦਾ ਮਤਲਬ ਇਹ ਹੁੰਦਾ ਕਿ ਕੁਛ ਬਣ ਕੇ ਉਹ ਤੁਹਾਡੇ ਸੇਵਾ ਕਰ ਸਕੇ, ਤੁਹਾਡੇ ਕੰਮ ਆ ਸਕੇ, ਭਾਵਾਂ ਉਹ ਕੋਈ ਵੀ ਫੀਲਡ ਹੋਵੇ। ਸੋ ਲਓ ਜੀ, ਹੁਣ ਜਿਹੜੇ ਜਿਨ੍ਹਾਂ ਨੂੰ ਮੋਸਟਲੀ ਐਲਰਜੀਸ ਰਹਿੰਦੀਆਂ ਨੇ, ਸੀਜ਼ਨਲ ਐਲਰਜੀਸ, ਜਸਟ ਲਾਈਕ ਮੀ, ਸ਼ੀ ਔਰ ਮੇਰਾ ਪੂਰਾ ਹਾਊਸ ਹੋਲਡ, ਈਵਨ ਮਾਈ ਪੇਰੈਂਟਸ, ਉਹ ਸਾਨੂੰ ਪੂਰੇ ਸਾਲ ਦਰ ਸਾਲ ਸਾਨੂੰ ਗਰਮ ਵੈਦਰ ਹੋਵੇ, ਠੰਡਾ ਵੈਦਰ ਹੋਵੇ, ਵੈਦਰ ਚੇਂਜ ਹੋਵੇ, ਸਟਰੋਂਗ ਸਮੈਲ ਹੋਵੇ, ਪਰਫਿਊਮ ਸਟਰੋਂਗ ਹੋਵੇ। ਇਟਸ ਸੋ ਫਨੀ, ਆਈ ਵੈਂਟ ਇਨ ਟੂ ਮੇਸੀਸ, ਰਾਈਟ, ਦੇ ਐਂਡ ਆਈ ਵਾਸ ਵਾਕਿੰਗ ਪਾਸਟ ਦ ਫ੍ਰੈਗਰੈਂਸਸ ਐਂਡ ਆਈ ਸਨੀਜ਼ ਐਂਡ ਆਲ ਦ ਲਾਈਕ ਆਲ ਦ ਮਿਡਲ ਏਜ ਪੀਪਲ ਲੁਕਡ ਐਟ ਮੀ ਐਂਡ ਦੇ ਵਰ ਲਾਈਕ, ਓ ਮਾਈ ਗੋਡ, ਲਾਈਕ ਸ਼ੀ ਹੈਜ਼ ਦ ਵਾਇਰਸ, ਐਂਡ ਆਈ ਵਾਸ ਲਾਈਕ, ਨੋ, ਲਾਈਕ ਆਮ ਜਸਟ ਅਲਰਜਿਕ ਟੂ ਪਰਫਿਊਮ, ਯੂ ਨੋ, ਬਟ ਆਈ ਜਸਟ ਥੌਟ ਇਟ ਵਾਸ ਰੀਲੀ ਫਨੀ ਦੈਟ ਆਮ ਜਸਟ ਲਾਈਕ ਐਨੀਵਨ ਵਿਲ ਸਨੀਜ਼ ਐਂਡ ਐਵਰੀਵਨ ਜਸਟ ਫ੍ਰੀਕਸ ਆਊਟ ਫਾਰ ਅ ਸੈਕਿੰਡ, ਕਿਉਂਕਿ ਫਰੀਕ ਆਊਟ ਹੋਣਾ ਵੀ ਚਾਹੀਦਾ। ਔਰ ਪਹਿਲਾਂ ਇਹ ਗੱਲ ਮੈਂ ਜ਼ਰੂਰ ਐਡ ਕਰਾਂਗੀ ਕਿ ਅਗਰ ਤੁਹਾਡੇ ਕੋਲ ਸਿੰਪਟਮਸ ਹੈਗੇ ਨੇ, ਫੀਵਰ ਵੀ ਹੈ, ਰਨੀ ਨੋਜ਼ ਹੈ, ਇੱਚੀ ਥਰੋਟ ਹੈ, ਫਲੂ ਸਿੰਪਟਮਸ, ਲੇਕਿਨ ਉਹਦੇ ਨਾਲ ਅਗਰ ਬੁਖਾਰ ਹੈ ਔਰ ਬਾਡੀ ਏਕ ਹੈ, ਸੋ ਡੈਫੀਨੇਟਲੀ ਗੋ ਐਂਡ ਚੈੱਕ ਇਟ ਆਊਟ ਵਿਦ ਡਾਕਟਰ। ਕਿ ਹੈਡਸ ਅਪ, ਟਾਕਿੰਗ ਅਬਾਊਟ ਬੁਖਾਰ, ਜਿਹੜਾ ਸਿੰਗਾਪੁਰ ਹੈਨਾ, right now it has the lowest case of the coronavirus, and it is because whoever enters the country, they have to go through a thermometer, and even if you're above a little bit, they won't let you in. So they let you stay in some 14 days there, quarantine, and basically test gun waste bhi, do you have the coronavirus or not? It's for your own safety. It's for your own safety. US has banned all all Geneva flights or cruises from Europe, except the UK. Geneva European countries now, like France, Italy, they're not allowed to come to the US for 30 days. That's very good. Eh hona chahida. Geneva international flights nahi, except for the United Kingdom. Aur jehde hun bachchan chuttiyan miliyan ne, hale school de off nahi hoye, kyunki public schools. I'm in Prince William County,
ਉਹਨਾਂ ਦੇ ਹਲੇ ਸਕੂਲ ਨਹੀਂ ਬੰਦ ਹੋਏ, ਲੇਕਿਨ ਆਈ ਹਰਡ ਕਿ ਮੈਰੀਲੈਂਡ ਦੇ ਹੋ ਗਏ ਨੇ, ਇੱਕ ਦੋ ਹੋਰ ਕਾਊਂਟੀਜ਼ ਦੇ ਹੋ ਗਏ ਨੇ, ਲੇਕਿਨ ਹਰੇ ਪ੍ਰਿੰਸ ਵਿਲੀਅਮ ਕਾਊਂਟੀ ਦੇ ਨਹੀਂ ਹੋਏ. ਸੋ ਇਹ ਨਾ ਸੋਚਣਾ ਕਿ ਓ ਇਟਸ ਵਿਕੇਸ਼ਨ ਟਾਈਮ ਐਂਡ ਟੇਕ ਅ ਫਲਾਈਟ ਐਂਡ ਗੋ ਸੀ ਯੋਰ ਨਾਨਾ ਨਾਨੀ ਦਾਦਾ ਦਾਦੀ. ਆਈ ਮੀਨ ਇਫ ਦ ਫਲਾਈਟਸ ਆਰ $106 ਐਂਡ ਆਈ ਐਮ ਨਾਟ ਗੋਨਾ ਡਾਈ, ਗਰੀਡੀ ਨਾ ਹੋਣਾ, ਦੈਨ ਆਈ ਮੀਨ ਆਈ ਐਮ ਕਿਡਿੰਗ. ਕਿਉਂਕਿ ਇਹ ਕੁਐਸਚਨ ਮੇਰੇ ਆਪਣੇ ਘਰ 'ਚ ਵੀ ਰੇਜ਼ ਹੋਇਆ ਸੀ, ਅਤੇ ਮੈਂ ਸੋਚਿਆ ਕਿ ਤੁਹਾਡਾ ਸਾਂਝਾ ਕਰਾਂ, ਕਿਉਂਕਿ ਅਫਕੋਰਸ ਵੀ ਆਰ ਹਿਊਮਨ ਬੀਂਗ ਜਸਟ ਲਾਈਕ ਯੂ. ਅਤੇ ਇਹਨਾਂ ਨੇ ਕਿਹਾ ਕਿ ਮੰਮਾ ਓ ਆਈ ਐਮ ਓ ਐਮ ਜੀ 3 months ਆਮ ਗੋਨਾ ਬੀ ਹੇਅਰ, ਸੋ ਲੈਟਸ ਗੋ ਵਿਕੇਸ਼ਨ, ਰਾਈਟ, ਲੈਟਸ ਗੋ ਟੂ ਮਾਇਆਮੀ. ਆਈ ਐਮ ਕਿਡਿੰਗ. ਅਤੇ ਲੇਕਿਨ ਪਲੀਜ਼ ਡੋਂਟ ਡੂ ਦੈਟ. ਔਰ ਨਾਲ ਨਾਲ ਜਿਹੜੀ ਰੇਡੀਓ ਆਡੀਅੰਸ, ਗੱਲਾਂ ਬਹੁਤ ਪਿਆਰਾ ਸੌਂਗ ਹੈ, ਦਿਲ ਤਾਂ ਨਹੀਂ ਕਰ ਰਿਹਾ, ਲੇਕਿਨ ਰੇਡੀਓ ਆਡੀਅੰਸ ਪੂਰਾ ਇੰਜੋਏ ਕਰੇਗੀ ਇਸ ਗਾਣੇ ਨੂੰ. ਔਰ ਸਾਦਗੀ ਗਿੱਲ, ਹੁਣ ਆਪਾਂ ਕੋਈ ਐਸੀ ਹੋਰ ਕੋਈ ਇਨਫੋਰਮੇਸ਼ਨ ਰਹਿ ਗਈ ਹੈ ਜਿਹੜੀ ਆਪਾਂ ਸਾਂਝੀ ਕਰੀਏ, ਕਿਉਂਕਿ ਆਪਾਂ ਫਿਰ ਚੱਲੀਏ ਔਰ ਪੇਟ ਪੂਜਾ ਕਰੀਏ. Not that I can think of. Or maybe if you go outside, immediately change your clothes. Yeah. Don't sleep with dirty clothes, which ਤੁਸੀਂ ਜੇ ਘੁੰਮ ਕੇ ਆਏ ਹੋ, ਮਾਲ ਹੋ ਕੇ ਆਏ ਹੋ, ਗਰੋਸਰੀ ਸਟੋਰ ਹੋ ਕੇ ਆਏ ਹੋ, ਕਿਤੇ ਵੀ ਹੋ ਕੇ ਆਏ ਹੋ, ਮੇਕ ਸ਼ੋਰ ਕਰੋ ਕਿ ਰਿਮੂਵ ਦੈਮ ਐਜ਼ ਕੁਇਕਲੀ ਐਜ਼ ਪੋਸੀਬਲ ਐਜ਼ ਸੂਨ ਯੂ ਐਂਟਰ ਦਾ ਹੋਮ, ਰਾਈਟ. ਸਾਦਗੀ ਤਾਂ ਸਲੀਪੀ ਵੀ ਹੈ. I'm so sleepy. ਔਰ ਮੇਰੀ ਗੱਲਾਂ ਇਹਨੂੰ ਬੋਰ ਕਰ ਰਹੀਆਂ ਨੇ, ਮੈਂ ਲੋਕਾਂ ਨੂੰ ਇੰਟਰਟੇਨ ਕਰਦੀ ਹਾਂ, ਦੇਖੋ ਮੇਰਾ ਆਪਣਾ ਘਰ ਸੁੱਤਾ ਪਿਆ. ਐਨੀਵੇਜ਼, ਅਤੇ ਕੱਪੜਿਆਂ ਨੂੰ ਵਾਸ਼ ਕਰੋ, ਔਰ ਜਿਸ ਤਰ੍ਹਾਂ ਦੱਸਿਆ ਕਿ ਹੱਥ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਤਾਂ ਨਾ ਹੀ ਲਗਾਓ, ਔਰ ਇੱਧਰ ਉੱਧਰ ਵੀ ਨਾ ਲਗਾਓ, ਕਿਸੇ ਹੋਰ ਚੀਜ਼ ਨੂੰ ਵੀ ਨਾ ਟੱਚ ਕਰੋ, ਕਿਉਂਕਿ ਇਵੈਂਚੁਅਲੀ ਉਹ ਤੁਸੀਂ ਉਹ ਬੈਕਟੀਰੀਆ, ਜ਼ਰੂਰੀ ਨਹੀਂ ਕਿ ਸਿਰਫ ਉਹੀ ਬੈਕਟੀਰੀਆ ਬਾਹਰ ਹੈਗਾ, ਹੋਰ ਬਥੇਰੀਆਂ ਬਿਮਾਰੀਆਂ ਵੀ ਨਾਲ ਨਾਲ ਚੱਲ ਹੀ ਰਹੀਆਂ ਨੇ, ਕਿਉਂਕਿ ਸੀਜ਼ਨ ਹੁਣ ਗਰਮ ਹੋ ਰਿਹਾ, ਅਤੇ ਉਹਦੇ ਨਾਲ ਨਾਲ ਐਲਰਜੀਸ ਜਿਹੜੀਆਂ ਨੇ ਉਹ ਬਹੁਤ ਸਟਰੋਂਗਲੀ ਆ ਜਾਂਦੀਆਂ ਨੇ, ਉਹ ਕਦੀ ਗਰਮ ਕਦੀ ਠੰਡਾ ਵੈਦਰ ਚੱਲ ਰਿਹਾ. ਸੋ ਮੇਕ ਸ਼ੋਰ ਕਿ ਬੀ ਸੇਫ ਔਰ ਬੀ ਸਮਾਰਟ. ਸਮਾਰਟਨੈਸ ਦੇ ਨਾਲ ਕਿਸੇ ਵੀ ਚੀਜ਼ ਨੂੰ ਡੀਲ ਕਰੋਗੇ ਤਾਂ ਬਹੁਤ ਅੱਛੇ ਤਰੀਕੇ ਨਾਲ ਹੋ ਜਾਏਗੀ. ਵਾਸ਼ ਯੋਰ ਹੈਂਡਸ ਪ੍ਰੋਪਰਲੀ 20 seconds. ਸੋ ਭਾਵਾਂ ਸੋਪ ਹੋਵੇ, ਬਾਡੀ ਵਾਸ਼ ਹੋਵੇ, ਈਵਨ ਕਿ ਬੈਟਰ ਹੈ ਸ਼ੈਂਪੂ, ਵਰਸਟ ਕਮਸ ਟੂ ਵਰਸਟ, ਜਾਂ ਕੱਪੜੇ ਧੋਣ ਵਾਲਾ ਸਾਬਣ. Okay, that's a little aggressive on your side. Too strong. If that can kill bacteria in meat, yeah. Jo apa meat de naal apa jehda utensils use karde then hand dry hoye pere bhande wale sabun naal hatho to ke. Par jo bhi hai, lekin oh smartly apne brain nu use karo aur dekho ki kehdi kehdi cheez ch alcohol hai. Alcohol jehdi pinne oh ch bhi alcohol hai. In emergency situation ke car de vich tusi kithe outdoor hoegi ho ya ਘਰ 'ਚ ਕੁਛ ਵੀ ਨਹੀਂ ਹੈ, ਸਾਬਣ ਵੀ ਨਹੀਂ ਹੈ, ਅਤੇ ਬੈਸਟ ਥਿੰਗ ਤਾਂ ਸਾਬਣ ਹੈ, ਸੋਪ, ਸਿੰਪਲ ਸੋਪ, ਕਿ ਵਾਸ਼ ਯੋਰ ਹੈਂਡ ਵਿਦ ਸੋਪ. ਅਗਰ ਉਹ ਨਹੀਂ ਹੈ, ਦੈਨ ਯੂਜ਼ ਐਲਕੋਹੋਲ, ਈਵਨ ਡਰਿੰਕਿੰਗ ਐਲਕੋਹੋਲ. ਯਾ, ਡਰਿੰਕਿੰਗ ਐਲਕੋਹੋਲ ਆਲਸੋ ਕਿਲਸ ਬੈਕਟੀਰੀਆ ਐਟ ਦੀ ਐਂਡ ਆਫ ਦੀ ਡੇ ਇਨ ਐ ਐਮਰਜੈਂਸੀ ਸਿਚੁਏਸ਼ਨ. ਸੋ ਡੋਨਟ ਡਰਿੰਕ ਟੂ ਮੱਚ, ਕਿਉਂਕਿ ਵੈਨ ਯੂ ਡਰਿੰਕ ਟੂ ਮੱਚ ਯੂ ਯੋਰ ਬਾਡੀ ਕੈਨ ਨਾਟ ਫਾਈਟ ਵਿਦ ਐਨੀ ਬੈਕਟੀਰੀਆ. ਯਾ, ਨੋ, ਡੋਨਟ ਡਰਿੰਕ ਦ ਐਲਕੋਹੋਲ ਜਿਹੜਾ ਕਰ ਜੇ ਡਰਿੰਕਿੰਗ ਐਲਕੋਹੋਲ ਨਹੀਂ ਹੈ, ਬਟ ਵਰਸ ਕਮਸ ਟੂ ਵਰਸ, ਆਈ ਡੋਨਟ ਨੋ. What situation would you have Daru instead of hand sanitizer though? I don't know, but at the end of the for just some situation, if you have no other alcohol except for, I don't know, like vodka, you can sprinkle that on your hands and that will kill the bacteria. Don't drink Save alcohol it. Because at the end of the day, the problem is dehydration and you want your body to be as strong as possible to fight. So yeah. So basically, oh, agar peena piyo na, message je peena hai, tak chamche je peelo. Ek chamcha. Lekin save karo. I don't know. For taste. That does nothing. That does nothing. So main ta pindi nahi, so is karke mainu pata nahi. Jehde peete hain, unko pata hoga. So anyways ji, eh galla baata de naal, apne kapde, jehde especially bachyan de kapde ne, as soon change karo, as soon as possible, as soon. Tusi baro andar aaye ho, ghar de andar, te jis tarah dass reha ki 2.5 cups of water and 2 tablespoons of bleach. ਉਹ ਸਲਿਊਸ਼ਨ ਬਣਾ ਕੇ ਆਪਣਾ ਰੱਖ ਲਓ, ਅਤੇ ਉਹ ਕਾਰ ਸੀਟ, ਬੱਚਿਆਂ ਦੀ ਕਾਰ ਸੀਟ ਜਾਂ ਉਹਨਾਂ ਦੇ ਹੈਂਡ ਹੁੰਡ, ਦੈਸ ਅ ਸੋਪ ਇਜ਼ ਦੀ ਬੈਸਟ 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 ਥਿੰਗ, ਬੈਟਰ ਦੈਨ ਐਲਕੋਹੋਲ ਸੈਨੇਟਾਈਜ਼ਰ, ਜਿਹੜੇ ਕਿ ਤੁਹਾਡੇ ਹੈਂਡ ਡਰਾਈ ਆਊਟ ਕਰਦੇ ਆ ਐਂਡ ਓਨਲੀ 60% ਕਿਲ ਕਰਦਾ. ਸੋ ਮੇਕ ਸ਼ੋਰ ਕਿ ਜਦੋਂ ਤੁਸੀਂ ਸੈਨੇਟਾਈਜ਼ਰ ਹੈਗਾ ਤੁਹਾਡਾ, ਪਤਾ ਚੱਲੇ ਕਿ ਉਹਦੇ 'ਤੇ ਰਿਲਾਏ ਹੋਏ ਪਏ ਹੋ ਪੂਰਾ, ਅਤੇ ਉਹ ਮੇਕ ਸ਼ੋਰ ਕਰੋ ਕਿ ਉਹ 'ਚ ਐਲਕੋਹੋਲ ਦੀ ਮਾਤਰਾ ਕਿੰਨੀ ਹੈ. ਐਂਡ ਰਿਮੈਂਬਰ ਜਿਹੜੇ ਸਾਬਣ ਨੇ, viruses and bacteria are two different things. So just because it says antibacterial, that's not going to kill a virus. Yeah. Unless it says anti
microorganisms, or like it specifically says it kills viruses, mm-hmm. it's not going to kill a virus. So lo ji, hun assi is information de naal are we about to log out now? Haan ji. Okay, one thing I add before this. Jede bande bimar ho rahe ne in the US, at least after a certain amount of sick days, you don't get any more sick days. Either you get fired, hana, or you just don't get paid. And a lot of these working class families, they work day to day, meaning they're significant other or their dad or anyone has to work every single day to keep food in their bellies. So the elections are coming up. Please research your candidates. I'm a big believer in if you're incredibly sick, then you should get these paid days off, or mm-hmm. jobs have to be more lenient, especially with the coronavirus. Bilkul. Imagine this, you get the coronavirus, right? Your boss won't let you skip work, but you have to go to work to keep your family fed. You go to work and you're infecting 100 more people. Yeah, and they are just like you. Think about it. Just think about it. Go research your candidates. And remember, the primaries are coming up. Go vote on first mm-hmm. Tuesday of June. That's the primaries. Okay. And then the November elections. And remember, in the United States, you have to register. In Canada and other countries, they register for you, the government. But remember, go to your website, go register to vote. Even if you're going to vote in July, do it now because you're going to forget about it. Okay, because if you have a benefit, you can also vote so that you can get a good benefit. So, now we know that our radio audience is also going to be able to get a So, Loji, welcome back MYTV Radio. Te thoda wapas swagat hai ga Moni Gill de naal ate Sadgi Gill de naal. Bahut sari gallan baatan saanjhiyan kitiyan gaiyan jehdiyan ki drawing the through vi Facebook de vich dikhaiyan gaiyan. I hope ki tusi vi enjoy kar sakde ho. Lekin tusi oh vekh sakde ho Facebook te login hoke kyunki video utthe payi hai. Jana ki karna ki hai tusi ji apne computer te jana hai, type karna hai @mytvcus. And उत्ते जाके latest जेरी video हैगी है उन्हों तुसी देख सकते हो उच्च सागी Gill with the topi Moni Gill with always beautiful hair दे विच नजर आएगी ते सागी Gill दा हज़रा बनाया hand drawing बचारी ने बनाई है ते ओ नजर आ जाएगी ते information अगर सतानो लगे कि बहुत अच्छी है do comment guys feedback बहुत जरूरी है please take the information I'm giving you because I'm paying thousands of dollars for this information and you're getting it for free yeah so young बच्चा अगर मैं नाल एक घंटे ली बैठा रही हूँ ते उधा important time थोड़े नाल सांझा कर रही हूँ ते उन्हों भी हल्ला शेरी दो वो उन्हों भी शाबाशी दो उन्हों भी appreciate करो so do write something about कि तो अनु की अच्छा लगे और तो अनु लग गया कि कोई correction भी होनी चाहिए थी तो आधे कोई thoughts नहीं do that कमेंट पाओ और लिखो और दसो सादगी Gill दे जेडे सवाल जवाब ने जेडे टिप्स ने ओ तानू किस तरह दे लगे सो रेडियो ऑडियंस नु भी असि सेम कहवांगे कि तानू अगर कोई टिप्स तुसी भी देना चाहो या सांझे करना चाहो तो करना की 216-800-6988 ਵੱਲੋਂ ਔਰ ਸਾਦਗੀ Gill ਵੱਲੋਂ ਸਾਦਗੀ Gill ਤੇ ਆਲਰੇਡੀ ਵਰਕਆਊਟ ਕਰ ਗਏ ਨੇ ਸਤਿ ਸ਼੍ਰੀ ਅਕਾਲ ਸੋ ਬਾਏ ਬਾਏ ਇੰਜੋਏ ਔਰ ਡੂ ਵਾਟਐਵਰ ਯੂ ਵਾਂਟ ਟੂ ਡੂ ਜਸਟ ਡੋਨਟ ਟਰਬਲ ਯੂਰ ਮਦਰ ਅਲਵਿਦਾ ਸਤਿ ਸ਼੍ਰੀ ਅਕਾਲ